ਦਾਰੂ ਪੀ ਕੇ ਇਹ ਤਾਂ ਨਹੀਂ ਕਿਸੇ ਨੇ ਘਰ ਨੂੰ ਰੋਕਣਾ, ਦੇਖੋ ਦਾਰੂ ਪੀ ਕੇ ਉਹ ਭੱਜਿਆ ਜਾ ਰਿਹਾ। ਆਪਣੇ ਕੰਮ ਤੋਂ ਆ ਰਿਹਾ, ਲੱਕੜ ਦਾ ਕੰਮ ਕਰਦੇ ਆ, ਸੋਫਿਆਂ ਦਾ, ਕੋਠੀਆਂ ਦੇ ਵਿੱਚ ਸਾਡਾ ਕੰਮ ਚੱਲਦਾ। ਆਪਣੇ ਕੰਮ ਤੋਂ ਆ ਰਿਹਾ, ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੌਰਨ ਮਾਰ ਕੇ ਲੈ ਕੇ ਆ ਰਿਹਾ। ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ ਕੈਦੀਆਂ ਨਾਲ ਭਰੀ ਸਰਕਾਰੀ ਬੱਸ ਦੀ ਕਾਰ ਦੇ ਨਾਲ ਟੱਕਰ ਹੋ ਗਈ। ਗਰੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਕਾਰ ਜ਼ਰੂਰ ਨੁਕਸਾਨੀ ਗਈ ਹੈ। ਕਾਰ ਸਵਾਰ ਨੇ ਪੁਲਿਸ ਮੁਲਾਜ਼ਮਾਂ 'ਤੇ ਆਰੋਪ ਲਗਾਇਆ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਹੈ। ਹਾਲਾਂਕਿ ਕੈਦੀਆਂ ਨਾਲ ਭਰੀ ਬੱਸ ਤੇਜ਼ੀ ਦੇ ਨਾਲ ਚਲਾਉਣ ਦੀ ਵੀ ਇਲਜ਼ਾਮ ਲੱਗੇ ਨੇ। ਉੱਧਰ ਇਹ ਵੀ ਉਹਨਾਂ ਜ਼ਿਕਰ ਕੀਤਾ ਹੈ ਕਿ ਵਾਰ ਵਾਰ ਹੌਰਨ ਵਜਾਇਆ ਜਾ ਰਿਹਾ ਸੀ, ਜਿਸ ਦੇ ਚੱਲਦਿਆਂ ਡਰਾਈਵਰ ਨੇ ਤੇਜ਼ੀ ਦੇ ਨਾਲ ਉਹਨਾਂ ਦੀ ਗੱਡੀ ਦੇ ਵਿੱਚ ਲਿਆ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹਨਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੰਗਾਮੇ ਭਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਦੋਵੇਂ ਹੀ ਧਿਰਾਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਹੋਈਆਂ ਨਜ਼ਰ ਆਈਆਂ ਅਤੇ ਦੋਨਾਂ ਨੂੰ ਥਾਣਾ ਡਿਵੀਜ਼ਨ ਨੰਬਰ 7 ਲਿਜਾਇਆ ਗਿਆ। ਇੱਥੇ ਵੀ ਦੱਸ ਦਈਏ ਕਿ ਗੱਡੀ ਅਤੇ ਜੇਲ੍ਹ ਵਿੱਚ ਲੈ ਕੇ ਜਾ ਰਹੀ ਸਰਕਾਰੀ ਬੱਸ ਦੇ ਨਾਲ ਹਾਦਸਾ ਹੋਇਆ ਹੈ, ਐਕਸੀਡੈਂਟ ਹੋਇਆ, ਜਿਸ ਦੇ ਚੱਲਦਿਆਂ ਜਾਨੀ ਨੁਕਸਾਨ ਤੋਂ ਬਚਾ ਰਿਹਾ। ਹਾਂਜੀ, ਕੀ ਗੱਲ ਹੋਈ ਹੈ ਜੀ? ਉਹ ਯਾਰ ਪਿੱਛੋਂ ਗਲਤੀ ਨਾਲ ਹੌਰਨ ਮਾਰਦਾ, ਦਾਰੂ ਪੀਤੀ ਹੈ ਸਾਰਿਆਂ ਨੇ, ਆਹ ਗੱਡੀ ਵਿੱਚ ਪਾਈ। ਅੱਛਾ ਜੀ, ਇਹਨਾਂ ਨੂੰ ਕੌਣ ਮੁਲਾਜ਼ਮ ਬਣਾਉਂਦਾ ਇਹਨੂੰ ਦੇਖਦਾ, ਜੇ ਕਿ ਮੈਂ ਐਸ ਐਚ ਓ ਆ ਸਾਡੇ ਨਾਲ ਮੁਲਜ਼ਮ ਆ, ਸਾਰਿਆਂ ਨੂੰ ਦੱਬ ਦੇਣਾ। ਆਹ ਦੇਖ ਭੱਜ ਗਏ ਉਹ, ਬਣਾ ਬਣਾਇਆ ਜੀ, ਬਣਾਇਆ ਜੀ, ਗਲਤ ਗੱਲ ਆ ਇਹ, ਉਸਤੋਂ ਧਮਕੀਆਂ ਦੇ ਰਿਹਾ, ਮੈਂ ਕਰ ਦੂ ਮੈਂ ਕਰ ਦੂ। ਭਾਈ ਜੀ ਮਾਮਲਾ ਕੀ ਹੋਇਆ, ਦੱਸੋਗੇ ਬੜੇ? ਪਿੱਛੋਂ ਵੀਰੇ ਗਲਤੀ ਨਾਲ ਹੌਰਨ ਮਾਰਦਾ ਆ ਰਿਹਾ, ਪਿੱਛੋਂ ਦੀ ਪੂਰੀ ਸਪੀਡ ਦੇ ਨਾਲ, ਜਦੋਂ ਗੱਡੀ ਉੱਤੇ ਸਾਈਡ ਤੇ ਕੀਤੀ, ਵਿੱਚ ਲਿਆ ਕੇ ਮਾਰੀ ਆ ਕਿ ਸਾਡੇ ਕੋਲ ਕੈਦੀ ਆ, ਦਾਰੂ ਪੀਤੀ ਆ, ਭਜਾ ਕੇ ਲੈ ਗਿਆ ਗੱਡੀ। ਅੱਛਾ ਜੀ, ਆਹ ਗਲਤੀ ਆ, ਬਾਰ ਬਾਰ ਵਿੱਚ ਫੇਰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ, ਦਾਰੂ ਪੀ ਕੇ ਇਹਨਾਂ ਨੇ ਕੀ ਕਿਸੇ ਨੇ ਕਾਨੂੰਨ ਰੋਕਣਾ, ਦੇਖੋ ਦਾਰੂ ਪੀ ਕੇ ਉਹ ਭੱਜਿਆ ਜਾ ਰਿਹਾ। ਤੁਸੀਂ ਕਿੱਥੋਂ ਆ ਰਹੇ ਸੀਗੇ? ਵੀਰੇ ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ, ਲੱਕੜ ਦਾ ਕੰਮ ਕਰਦੇ ਆ, ਸੋਫਿਆਂ ਦਾ, ਕੋਠੀਆਂ ਦੇ ਵਿੱਚ ਸਾਡਾ ਕੰਮ ਚੱਲਦਾ। ਆਪਣੇ ਕੰਮ ਤੋਂ ਆ ਰਹੇ ਆ, ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੌਰਨ ਮਾਰ ਕੇ ਲੈ ਕੇ ਆ ਰਿਹਾ। ਹੁਣ ਕੀ ਨੁਕਸਾਨ ਹੋਇਆ ਤੁਹਾਡਾ? ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨਤੀ ਉਹਨਾਂ ਨੇ। ਅੱਛਾ ਜੀ, ਅਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆ, ਭੱਜ ਕੇ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ, ਹੁਣ ਭੱਜਿਆ ਇੱਕ ਪਹਿਲਾਂ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲਿਸ ਵਾਲੇ ਆ, ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਧਮਕੀਆਂ ਦਿੰਦੇ ਹੋ। ਸਾਰੇ ਰਲੇ ਮਿਲੇ ਆ, ਸਾਰੀ ਗੌਰਮੈਂਟ, ਸਾਰੇ ਪੁਲਿਸ ਵਾਲੇ, ਸਭ ਤੁਹਾਡੇ ਸਾਹਮਣੇ ਭੱਜਿਆ ਇੱਕ, ਮਗਰ ਇੱਕ ਹੋਰ ਗੱਡੀ ਆ ਗਈ, ਕਿਸੇ ਹੋਰ ਨੂੰ ਮਾਰ ਦੇਣਗੇ।